ਨਾਲ ਤਖਸ਼ੀ ਦਲਦਮਾ ਸਾਹਿਬ ਦੇ ਜਥੇਦਾਰ ਬਾਬਾ ਬਲਜੀਤ ਸਿੰਘ ਖਾਲਸਾ ਜੀ ਤੁਹਾਡੇ ਤੇ ਵਿਸ਼ਵਾਸ ਤੁਸੀਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਮੈਂ ਲਗਾਤਾਰ ਤੁਹਾਨੂੰ ਧਰਨੇ ਦੇ ਰਿਹਾ ਦੇ ਵਿੱਚ ਦੇਖਦਾ ਹੁਣ ਲੱਗਦਾ ਹੈ ਕਿ ਸੰਘਰਸ਼ ਮਜ਼ਬੂਤ ਹੋ ਗਿਆ ਇਨਸਾਫ ਮਿਲ ਗਿਆ ਬਿਲਕੁਲ ਇਨਸਾਫ ਦੇ ਵਾਸਤੇ ਇਨਸਾਫ ਮਿਲ ਗਿਆ ਜੀ ਜਿਹੜੀਆਂ ਵੀ ਹਨ ਆਪਾਂ ਇੱਥੇ 5 ਵਜੇ ਵਸਦੇ ਬਹੁਤ ਆ ਤਿੰਨ ਮੰਗਾਂ ਦੇ ਉੱਤੇ ਮੋਰਚਾ ਲੱਗਿਆ ਹੋਇਆ ਜੀ ਜਿਸ ਤਰੀਕੇ ਦੇ ਨਾਲ ਹੁਣ ਇਹ ਸੰਗਤਾਂ ਦਾ ਰੁਝਾਨ ਸੰਤ ਮਹਾਂਪੁਰਸ਼ਾਂ ਦੇ ਮੱਦੀਆਂ 'ਤੇ ਪਹੁੰਚ ਰਹੀਆਂ ਨੇ ਜੀ ਵੱਡੀ ਗਿਣਤੀ 'ਚ ਮੋਟਰਸਾਈਕਲਾਂ ਦੇ ਕਾਰਾਂ ਜੀਪਾਂ ਦੇ ਕਾਫਲੇ ਨੌਜਵਾਨਾਂ ਦੇ ਪਹੁੰਚ ਰਾਹ ਛੱਡ ਦੋ ਸਰਕਾਰ ਨੂੰ ਸਾਫ ਕਰਨਾ ਪਊਗਾ ਜੀ ਅਤੇ ਸਾਨੂੰ ਜਿਸ ਤਰੀਕੇ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਹੋਇਆ ਮੀਡੀਆ ਇਹ ਤੋਂ ਲੱਗਦਾ ਕਿ ਹੁਣ ਜਿਸ ਤਰ੍ਹਾਂ ਉਹ ਜੀ ਜੀ ਬਾਬਾ ਜੀ ਜਿਹੜੀ ਗੱਲਬਾਤ ਹੋਈ ਸੀ ਉਹਦੇ 'ਚੋਂ ਕੋਈ ਸਕਾਰਾਤਮਕ ਕੋਈ ਪੋਜ਼ਿਟਿਵਿਟੀ ਚੱਲਦੀ ਲੱਗਦਾ ਸੀ ਕਿ ਸਰਕਾਰ ਵਾਕਈ ਸੰਜੀਦਾ ਇਸ ਗੱਲ ਨੂੰ ਸਾਨੂੰ ਲੱਗਦਾ ਕਿ ਜਿਹੜਾ ਪਹਿਲਾਂ ਨਹੀਂ ਸੀ ਹੋਇਆ ਅਤੇ 14 ਮਹੀਨਿਆਂ 'ਚ ਹੁਣ ਨਹੀਂ ਸੀ ਹੋਇਆ ਜੀ ਹੁਣ ਜਿਹੜਾ ਮੋਰਚਾ ਲੱਗਿਆ ਅਤੇ ਮੋਰਚੇ 'ਤੇ ਸਰਕਾਰ ਨੂੰ ਜਿਹੜੀ ਗੱਲਬਾਤ ਕੀਤੀ ਆ ਉਹਦੇ ਤੋਂ ਬਾਅਦ ਤੁਰੰਤ ਐਕਸ਼ਨ ਹੋਇਆ ਅਤੇ ਜਿਹੜੀ ਦੋਸ਼ੀਆਂ ਦੀ ਜੋ ਖਬਰਾਂ ਆ ਰਹੀਆਂ ਨੇ ਜੀ ਭਾਵੇਂ ਕਿ ਸਰਕਾਰ ਨੇ ਜਾਂ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਆਫੀਸ਼ਲੀ ਕੋਈ ਐਲਾਨ ਨਹੀਂ ਕੀਤਾ ਅਜੇ ਤੱਕ ਜੀ ਪਰ ਜੋ ਆਇਆ ਮੀਡੀਆ ਸਾਨੂੰ ਖਬਰਾਂ ਮਿਲ ਰਹੀਆਂ ਉਸ ਤੋਂ ਲੱਗਦਾ ਕਿ ਸਰਕਾਰ ਐਕਸ਼ਨ 'ਚ ਅਤੇ ਦੋਸ਼ੀ ਜ਼ਰੂਰ ਫੜੇ ਜਾਣਗੇ ਔਰ ਚੋਰੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਜ਼ਰੂਰ ਮਿਲਣਗੇ ਔਰ ਬੰਦੀ ਸਿੰਘ ਜਿਹੜੇ ਆ ਉਹ ਰਿਹਾਅ ਵੀ ਹੋਣਗੇ ਪੈਰੋਲਾਂ ਵੀ ਹੋਣਗੀਆਂ ਜੇਲ੍ਹ ਤਬਦੀਲੀਆਂ ਵੀ ਹੋਣਗੀਆਂ ਉਹਦੇ ਵਾਸਤੇ ਇਨਸਾਫ ਮੋਰਚਾ ਲਗਾਤਾਰ ਜਾਰੀ ਜੀ ਜੀ ਬਾਬਾ ਜੀ ਧੰਨਵਾਦ ਤੁਹਾਡਾ ਵੀ ਔਰ ਅਸੀਂ ਧੰਨਵਾਦੀ ਹਾਂ ਦੋਨਾਂ ਜਥੇਦਾਰ ਸਾਹਿਬਾਨ ਦੇ ਕਿਉਂਕਿ ਸਟੇਜ ਦੀ ਕਾਰਵਾਈ ਰੋਕ ਕੇ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਔਰ ਇਹਨਾਂ ਦਾ ਕਹਿਣਾ ਕਿ ਇਨਸਾਫ ਮੋਰਚਾ ਜਿਹੜਾ ਵਾ ਲੱਗਿਆ ਰਹੂਗਾ ਜਿਹਨਾਂ ਤੱਕ ਇਨਸਾਫ ਨਹੀਂ ਮਿਲਦਾ ਔਰ ਸਰਕਾਰ ਦੀ ਜਿਹੜੀ ਪਾਲਿਸੀ ਕਹਿ ਸਕਦੇ ਹਾਂ ਜਾਂ ਪੁਲਿਸ ਹੈ ਉਹ ਹੁਣ ਤਾਂ ਦੋਸ਼ੀਆਂ ਤੱਕ ਪਹੁੰਚਣ ਦਾ ਦਾਅਵਾ ਕਰ ਰਹੀ ਹੈ ਹਾਲਾਂਕਿ ਇਹ ਨਿਕਲ ਕੇ ਸਾਹਮਣੇ ਆਉਣਾ ਪਰ ਫਿਰ ਵੀ ਦੋਨਾਂ ਜਥੇਦਾਰ ਸਾਹਿਬਾਨ ਦਾ ਕਹਿਣਾ ਕਿ ਇਹ ਸੰਗਤ ਦਾ ਹੀ ਮੋਰਚਾ ਹੈ ਔਰ ਇੱਕ ਪਾਸੇ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਅਗਲੀ ਵਾਰੀ ਫਿਰ ਮਿਲਾਂਗੇ ਗੱਲਬਾਤ ਕਰਾਂ ਕਿਸੇ ਮਸਲੇ ਤਦ ਤੱਕ ਲਈ ਮੈਨੂੰ ਪ੍ਰਵੀਨ ਸ਼ਰਮਾ ਇੱਥੇ ਦੀ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿੰਨੇ ਸੰਤ ਮਹਾਂਪੁਰਸ਼ ਬੈਠੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਆ ਉਹ ਬੈਠੇ ਆ ਕਿੰਨੀਆਂ ਰਾਜਨੀਤਿਕ ਬੈਠੀਆਂ ਸਾਨੂੰ ਲੱਗਦਾ ਕਿ ਹੁਣ ਸਰਕਾਰ ਨੂੰ ਇਨਸਾਫ ਕਰਨਾ ਪਊਗਾ ਔਰ ਸਾਰੇ ਬੈਠੇ ਬੜੇ ਪੁਰਅਮਨ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਕੋਈ ਰੇਲਾਂ ਨਹੀਂ ਬਲੌਕ ਕੀਤੀਆਂ ਕੋਈ ਸੜਕਾਂ ਨਹੀਂ ਬਲੌਕ ਕੀਤੀਆਂ ਕਿਸੇ ਦੀ ਕੋਠੀ ਦਾ ਘਰਾਓ ਨਹੀਂ ਕੀਤਾ ਅਤੇ ਸਾਨੂੰ ਲੱਗਦਾ ਕਿ ਜਿਹੜਾ ਮੋਰਚਾ ਅੱਜ 12ਵੇਂ ਦਿਨ 'ਚ ਦਾਖਲ ਹੋ ਗਿਆ ਕਿਸੇ ਤੋਂ ਲੱਗਿਆ ਹੋਇਆ ਹੁਣ ਇਨਸਾਫ ਦੇ ਨੇੜੇ ਇਨਸਾਫ ਸਰਕਾਰ ਨੂੰ ਕਰਨਾ ਪਊਗਾ ਜਿਸ ਤਰ੍ਹਾਂ ਸੰਗਤਾਂ ਦਾ ਰੁਝਾਨ ਆ ਅਤੇ ਉਹਦੇ ਸਾਹਮਣੇ ਸਰਕਾਰ ਨੂੰ ਨਹੀਂ ਤਾਂ ਕੁਛ ਵੀ ਨਾ ਸਰਕਾਰ ਨਾ ਕੋਈ ਹੋਰ ਜਦੋਂ ਪੰਥ ਜਾਗਦਾ ਹੋਵੇ ਉਹਦੇ ਸਾਹਮਣੇ ਕੁਝ ਨਹੀਂ ਟਿਕ ਸਕਦਾ ਜਦੋਂ ਆਵਾਮ ਜਾਗਦਾ ਉਦੋਂ ਨਿਜ਼ਾਮ ਬਦਲੇ ਜਾਂਦੇ ਆ ਹੁਣ ਆਵਾਮ ਜਾਗ ਚੁੱਕਾ ਗੁਰੂ ਕਾ ਪੰਥ ਅਤੇ ਗੈਰ ਸਿੱਖ ਲੋਕ ਵੀ ਇੱਥੇ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਵੱਡੇ ਕਾਫਲਿਆਂ ਨਾਲ ਆਏ ਆ ਹਿੰਦੂ ਭਾਈਚਾਰੇ ਦੇ ਲੋਕ ਆਏ ਹੋਰ ਭਾਈਚਾਰਿਆਂ ਦੇ ਲੋਕ ਵੀ ਔਰ ਜਿੰਨੇ ਉਦਾਸੀ ਨਿਰਮਲੇ ਨਿਹੰਗ ਸਿੰਘ ਮਹਾਤਮਾ ਰਾੜਾ ਸਾਹਿਬ ਸੰਪਰਦਾ ਨਾਨਕਸਰ ਸੰਪਰਦਾ ਪਟਰਾਲੀ ਸੰਪਰਦਾ ਔਰ ਇਸੇ ਤਰ੍ਹਾਂ ਰਾਜਨੀਤਿਕ ਜਥੇਬੰਦੀਆਂ ਜਿਸ ਤਰੀਕੇ ਨਾਲ ਇੱਥੇ ਪਹੁੰਚੀਆਂ ਨੇ ਉਹਦੇ ਤੋਂ ਲੱਗਦਾ ਕਿ ਹੁਣ ਸਰਕਾਰ ਨੂੰ ਇਨਸਾਫ ਕਰਨਾ ਪਊਗਾ ਜਿਸ ਤਰ੍ਹਾਂ ਅੱਜ ਕਈ ਅਖਬਾਰਾਂ ਨੇ ਲਿਖਿਆ ਕਿ ਉਹਨਾਂ ਨੇ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਮੰਨਿਆ ਕਿ ਉਹਨਾਂ ਜਾਣ ਬੁੱਝ ਕੇ ਕੰਮ ਕੀਤਾ ਭਾਵੇਂ ਆਫੀਸ਼ਲੀ ਪੁਲਿਸ ਨੇ ਅਜੇ ਇਹਦੇ ਬਾਰੇ ਜਿਹੜਾ ਹੈਗਾ ਉਹ ਐਲਾਨ ਨਹੀਂ ਕੀਤਾ ਪਰ ਜਿਸ ਤਰੀਕੇ ਦੇ ਨਾਲ ਜੋ ਅਖਬਾਰਾਂ 'ਚ ਪੜ੍ਹ ਰਹੇ ਹਾਂ ਉਹਦੇ ਤੋਂ ਲੱਗਦਾ ਉਹਨਾਂ ਨੇ ਤਾਂ ਸਾਰੀ ਬੇਨਤੀ ਕੀਤੀ ਉਹ ਇੱਥੇ ਸਹਿਯੋਗ ਤੋਂ ਕਰ ਸਕੇ ਅਸੀਂ ਕਹਿੰਦੇ ਹਾਂ ਦੋਸ਼ੀ ਕੋਈ ਵੀ ਹੋਵੇ ਚਾਹੇ ਡੇਰੇ ਵਾਲੇ ਚਾਹੇ ਹੋਰ ਇਹ ਤਾਂ ਸਰਕਾਰ ਦਾ ਕੱਢਣਾ ਕੰਮ ਬਣਦਾ ਸਾਨੂੰ ਤਾਂ ਦੋਸ਼ੀ ਚਾਹੀਦੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਅਤੇ ਸਿੰਘਾਂ ਨੂੰ ਸ਼ਹੀਦ ਕੀਤਾ ਉਹ ਦੋਸ਼ੀ ਚਾਹੀਦੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਡਾਂਗਾਂ ਮਾਰੀਆਂ ਗੰਦੇ ਪਾਣੀ ਦੀਆਂ ਪਿਛਾੜਾਂ ਮਾਰੀਆਂ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਜਿਹੜੇ ਸਿੰਘਾਂ ਦੀ ਰਿਹਾਈ ਬਣਦੀ ਆ ਰਿਹਾਈ ਜਿਨ੍ਹਾਂ ਦੀਆਂ ਪਰੋਲਾਂ ਬਣਦੀਆਂ ਪਰੋਲਾਂ ਅਤੇ ਜਿਨ੍ਹਾਂ ਦੀ ਜੇਲ੍ਹ ਤਬਦੀਲੀ ਬਣਦੀ ਆ ਉਹਨਾਂ ਦੀ ਜੇਲ੍ਹ ਤਬਦੀਲੀ ਹੋਣੀ ਚਾਹੀਦੀ ਹੈ ਇਨਸਾਫ ਦਾ ਮੋਰਚਾ ਲੱਗਿਆ ਇਹ ਪ੍ਰਾਪਤੀ ਤੱਕ ਇਸੇ ਤਰ੍ਹਾਂ ਜਾਰੀ ਰਹੂਗਾ ਮਿਹਰਬਾਨੀ ਸਾਡੇ ਨਾਲ